ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਰਮਾ ਸ਼ੰਕਰ ਪਹਿਲਾ ਪੇਜ ਦੀਆਂ ਚੌਂਵੀਆਂ ਖਬਰਾਂ ਪੌਣ ਪਾਣੀ ਵਿੱਚ ਤਬਦੀਲੀ ਬਾਰੇ ਕੋਪ 26 ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲਾਸ ਤੋਂ ਪੁੱਜੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਲਈ ਲਏ ਗਏ ਅਹਿਦ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਪ 26 ਦੌਰਾਨ ਉਪਰਾਾਲਿਆਂ ਬਾਰੇ ਸਹਿਮਤੀ ਦੀ ਸੰਭਾਵਨਾ राष्ट्रपति रामनाथ कोविंद ਅਤੇ ਉਪराष्ट्रपति ਐਮ ਵੈਂਕਈਆ ਨਾਇਡੂ ਨੇ ਪੰਜਾਬ ਸਮੇਤ ਸੱਤ ਸੂਬਿਆਂ ਅਤੇ ਕਈ ਕੇਂਦਰ ਸ਼ਾਸਿਤ ਸੂਬਿਆਂ ਦੇ ਸਥਾਪਨਾ ਦਿਵਸ ਮੌਕੇ ਲੋਕਾਂ ਦੇ ਸੁਨਹਿਰੀ ਭਵਿੱਖ ਅਤੇ ਚੰਗੀ ਸੇਧ ਦੀ ਕਾਮਨਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਿਸ਼ਨ ਕਲੀਨ ਦਾ ਐਲਾਨ ਕੀਤਾ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮੀਸ਼ਾ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਹਿਕਾਰਤਾ ਤੋਂ ਵਧੀਆ ਕੋਈ ਹੋਰ ਨਹੀਂ ਹੋ ਸਕਦਾ T20 ਵਿਸ਼ਵ ਕੱਪ 'ਚ ਭਾਰਤ ਹੁਣ ਨਿਊਜ਼ੀਲੈਂਡ ਹੱਤੋਂ 8 ਵਿਕਟਾਂ ਨਾਲ ਹਾਰਿਆ ਤੇ ਹੁਣ ਖਬਰਾਂ ਵਿਸਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੌਣ ਪਾਣੀ ਤੇ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਵੱਲੋਂ ਕਰਵਾਈ ਜਾ ਰਹੀ 26ਵੀਂ ਕਾਨਫਰੰਸ ਆਫ ਆਲ ਪਾਰਟੀਆਂ ਕੋਪ 26 ਵਿੱਚ ਹਿੱਸਾ ਲੈਣ ਲਈ ਵਰਤਾਨੀਆਂ ਦੇ ਸ਼ਹਿਰ ਗਲਾਸਗੋ ਪੁੱਜ ਗਏ ਨੇ ਇੱਥੇ ਪੁੱਜਣ ਤੇ ਭਾਰਤੀ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਕੋਪ 26 ਦੇ ਉੱਚ ਪੱਧਰੀ ਹਿੱਸੇ ਜਿਸ ਦਾ ਸਿਰਲੇਖ ਵਿਸ਼ਵ ਆਗੂਆਂ ਦਾ ਸੰਮੇਲਨ ਹੈ ਅੱਜ ਅਤੇ ਕੱਲ ਇਟਲੀ ਦੀ ਸਾਂਝੇਦਾਰੀ ਨਾਲ ਵਰਤਾਨੀਆਂ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ ਇਸ ਸੰमेलन ਵਿੱਚ 120 ਤੋਂ ਵੱਧ ਦੇਸ਼ਾਂ ਦੇ ਮੁਖੀ ਹਿੱਸਾ ਲੈ ਰਹੇ ਨੇ ਗਲਾਸਕੋ ਵਿੱਚ ਇੱਕ ਹੋਰ ਅਹਿਮ ਪ੍ਰੋਗਰਾਮ ਤਹਿਤ ਵਨਸਨ ਵਨ ਵਰਲਡ ਵਨ ਗ੍ਰਿਡ ਦੇ ਵਿਜ਼ਨ ਤਹਿਤ ਗਲੋਬਲ ਗ੍ਰੀਨ ਗ੍ਰਿਡ ਇਨੀਸ਼ੀਏਟਿਵ ਦੀ ਸ਼ੁਰੂਆਤ ਹੋਵੇਗੀ ਇਸ ਸੰਮੇਲਨ ਦੌਰਾਨ ਪੌਣ ਪਾਣੀ ਤੇ ਤਬਦੀਲੀ ਕਾਰਬਨ ਦੀ ਵਰਤੋਂ ਘਟਾਉਣ ਸਵੱਛ ਟੈਕਨੋਲੋਜੀ ਲਈ ਨਵਾਂ ਚਾਰਵਾਲ ਧਿਆਨ ਕੇਂਦ੍ਰਿਤ ਹੋਵੇਗਾ ਕੋਪ 26 ਵਿੱਚ ਪੈरिस ਸਮਝੌਤੇ ਨੂੰ ਲਾਗੂ ਕਰਨ ਲਈ ਲਏ ਗਏ ਅਹਿਦ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ ਜੀਵੀ ਦੇ ਮੰਚ ਤੋਂ ਭਾਰਤ ਨੇ ਇੱਕ ਵਾਰ ਫਿਰ ਤੋਂ ਵਿਕਸਿਤ ਦੇਸ਼ਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਊਰਜਾ ਦੀ ਖਪਤ ਘਟ ਕਰਨ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਲਈ ਕਾਰਬਨ ਨਿਕਾਸੀ ਦਾ ਰਾਹ ਪਤਰਾ ਹੋ ਸਕੇ ਪੌਣ ਪਾਣੀ ਤੇ ਤਬਦੀਲੀ ਬਾਰੇ ਹੋ ਰਹੀ ਕਾਨਫਰੰਸ ਆਫ ਆਲ ਪਾਰਟੀਆਂ ਯਾਨੀ ਕੋਪ 26 ਤੋਂ ਪਹਿਲਾਂ ਭਾਰਤੀ ਨੁਮਾਇੰਦੇ ਪਿਊਸ਼ ਕੋਇਲ ਨੇ ਕਿਹਾ ਕਿ ਭਾਰਤ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣੇਗਾ ਉਹਨਾਂ ਕੋ ਮੰਤਰੀ ਮੰਚ ਤੇ ਇਹ ਸਪਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਤੇ ਟੈਕਨੋਲੋਜੀ ਦੀ ਘਾਟ ਕਾਰਨ ਊਰਜਾ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਨਾਲ ਰੋਕਣਾ ਸੰਭਵ ਨਹੀਂ ਹੈ ਇਸ ਲਈ ਇਸ ਦਾ ਪੂਰਾ ਫਾਇਦਾ ਹਾਸਲ ਕਰ ਚੁੱਕੇ ਵਿਕਸਿਤ ਦੇਸ਼ਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੀ ਖਪਤ ਨੂੰ ਘਟ ਕਰਨ ਦਿਸ ਇਸ ਇਸ 8th ਸਮਿਟ ਐਂਡ ਦ ਫਰਸਟ ਇਨ ਪਰਸਨ ਸਮਿਟ ਆਫਟਰ ਓਸਾਕਾ ਇਨ 2019 The theme was people, planet, and prosperity. And truly, within this overarching theme, this G20 has delivered a strong message of recovery from the pandemic, recovery in terms of the economy, and across different sectors like health, employment, education, tourism, and most significantly, climate action. leaders adopted the rome declaration at the summit and over five days of extensive negotiations extending late into the night so much so that last night there was not a wink of sleep and it went on till morning 10 20 in the morning today when the final declaration was agreed by पंजाब समेत सात ਭਾਰਤੀ ਸੂਬੇ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਨੇ ਇਨਾਂ ਵਿੱਚ ਹਰਿਆਣਾ, ਛਤੀਸਗੜ, ਮੱਧ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਨੇ ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ, ਦਿੱਲੀ, ਪੁਡੂਚੇਰੀ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਨੂੰ ਵੀ ਅੱਜ ਦੇ ਹੀ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਮਾਨਤਾ ਮਿਲੀ ਸੀ। ਪੰਜਾਬ ਦੀ ਭਾਸ਼ਾ ਦੇ ਆਧਾਰ ਤੇ 1966 ਵਿੱਚ ਹੋਈ ਵੰਡ ਤੋਂ ਬਾਅਦ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੀ। ਅੱਜ ਤੋਂ ਸੂਬੇ ਭਾਰ ਕੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਈ ਸਮਾਗਮ ਕਰਵਾਏ ਜਾ ਰਹੇ ਨੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪਰਾਸ਼ਟਰਪਤੀ ਐਮ ਬੈਂਕਾਇਆ ਨਾਇਡੂ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਆਂਧਰਾਪ੍ਰਦੇਸ਼ ਛੱਤੀਸਗੜ੍ਹ ਕਰਨਾਟਕ ਕੇਰਲ ਮੱਧਪ੍ਰਦੇਸ਼ ਲਕਸ਼ਦੀਪ ਅਤੇ ਪੁੱਡੂਚੇਰੀ ਦੇ ਲੋਕਾਂ ਨੂੰ ਸਥਾਪਨਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਵੱਖ-ਵੱਖਰੇ ਟਵੀਟ ਸੁਨੇਹਿਆਂ 'ਚ ਇਨ੍ਹਾਂ ਆਗੂਆਂ ਨੇ ਸਥਾਪਨਾ ਦਿਵਸ ਮਨਾ ਰਹੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਸਨੀਕਾਂ ਦੇ ਸੁਨਹਿਰੀ ਭਵਿੱਖ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ ਮੁੱਖ ਮੰਤਰੀ ਤੇਰਨਜੀਤ ਸਿੰਘ ਜੰਨੀ ਨੇ ਸੂਬੇ 'ਚ ਮਿਸ਼ਨ ਕਲੀਨ ਨੂੰ ਸ਼ੁਰੂ ਕਰ ਦਿੱਤਾ ਹੈ ਇਸ ਤਹਿਤ ਨਜਾਇਜ਼ ਮਾਈਨਿੰਗ, ਸ਼ਰਾਬ ਅਤੇ ਨਸ਼ਿਆ ਦੇ ਕਾਰੋਬਾਰ ਤੇ ਸਖਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਰੇਤ ਦੀ ਖੋਦਾਈ ਅਤੇ ਸ਼ਰਾਬ ਨਾਲ ਸੰਬੰਧਿਤ ਨਜਾਇਜ਼ ਤੰਦਿਆਂ ਵਿੱਚ ਸ਼ਾਮਲ ਅਨਸਰਾਂ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ ਲਈ ਜ਼ੀਰੋ ਟੋਲਰੈਂਸ ਨੀਤੀ ਅਪਣਾਉਣ ਦੀ ਹਦਾਇਤ ਦਿੱਤੀ ਹੈ। ਉਨਾ ਇਹ ਯਕੀਨੀ ਬਣਾਉ ਲਈ ਕਿਹਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਚ ਰੱਖਦਿਆਂ ਦੁਕਾਨਦਾਰਾਂ ਨੂੰ ਲੁੜਿੰਦੀਆਂ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਣਗਹਿਲੀ ਦੇ ਚਲਦਿਆਂ ਦੁਕਾਨਦਾਰਾਂ ਨੂੰ ਕਿਸੇ ਵੀ ਪੱਧਰ ਤੇ ਹੋਣ ਵਾਲੀ ਪਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਸਖਤ ਕਾਰਵਾਈ ਬਣਾਉਣ ਦੇ ਨਾਲ-ਨਾਲ ਸੂਬੇ ਦੇ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਨੂੰ ਵੀ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ। ਇਸ ਮੌਕੇ ਮੁਖ ਸਤਰ ਅਨਿਰੁੱਧ Tiwari ਸੂਬਾ ਪੁਲਿਸ ਮੁਖੀ ਇਕਬਾਲ ਪਰੀਤ ਸਿੰਘ ਸਹੋਤਾ ਅਤੇ ਹੋਰ ਨਾਲ ਸੀਨੀਅਰ ਅਧਿਕਾਰੀਆਂ ਨੇ ਸੂਬੇ 'ਚ ਅਮਨ ਕਾਨੂੰਨ ਦੀ ਬਹਾਲੀ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਸ਼ਾ ਨੇ ਭਰੋਸਾ ਦਿਤਾਇਆ ਹੈ ਕਿ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਾਉਣ 'ਚ ਸਹਿਕਾਰਤਾ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ। गुजरात दे आनंदवेच अमूल डेरी दे 75वे स्थापना दिवस समागमण उ संबोधन कर दिया ओना कहा कि आत्मनिर्भर भारत दे सुपने नु पूरा करने ले सहकारिता तो वधिया होर कोई राह नहीं हो सकता की बड़ी संख्या एकजुट हो जाए और एक दिशा में चल पड़े तो बड़ी से बड़ी ताकत की निर्मिती हो सकती है उसी को सहकारिता का कांसेप्ट कहते हैं उसी को सहकारिता कहते हैं और आंदोलन ने ਹਾਜ਼ ਰਾਣੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਆਪਣੇ ਸਮੁੰਦਰੀ ਦੌਰੇ ਦੌਰਾਨ ਸਵਦੇਸ਼ੀ ਹਵਾਈ ਜਹਾਜ਼ ਕੈਰੀਅਰ ਵਿਕਰਾਂਤ ਦੇ ਸਮੁੰਦਰੀ ਤਜਰਬਿਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਹ ਜਹਾਜ਼ ਕੋਚੀ ਸ਼ਿਪਯਾਰਟ ਤੇ ਬਣਾਇਆ ਜਾ ਰਿਹਾ ਹੈ। ਇਸ ਜਹਾਜ਼ ਦਾ ਦੂਜਾ ਸਮੁੰਦਰੀ ਪ੍ਰੀਖਣ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਅਗਲੇ ਸਾਲ April ਤੱਕ ਇਸ ਜਹਾਜ਼ ਦੀ ਸਮੇਂ ਸਿਰ ਸਪੂਰਦਗੀ ਯਕੀਨੀ ਬਣਾਉਣ ਲਈ ਕਿਹਾ ਹੈ ਤਾਂ ਜੋ ਅਗਸਤ ਮਹੀਨੇ ਤੱਕ ਇਸ ਦਾ ਕੰਮ ਸ਼ੁਰੂ ਹੋ ਸਕੇ। ਅਗਲੇ ਸਾਲ ਦਾ ਅਗਸਤ ਮਹੀਨਾ ਆਜ਼ਾਦੀ ਦੇ ਅਮ੍ਰਿਤ ਮਹੋਸਤਵ ਨੂੰ ਮਨਾਉਣ ਦਾ ਮਹੀਨਾ ਵੀ ਹੈ। ਚੀਫ ਆਫ ਡਿਫੈਂਸ ਸਟਾਫ ਵਿਪਨ रावत ਨੇ ਕਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਦੀਆਂ ਖੇਤਰੀ ਛਾਵਾਂ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਹਥਿਆਰਬੰਦ ਫੌਜਾਂ ਨੂੰ ਚੌਕਸ ਰਹਿਣਾ ਹੋਵੇਗਾ। ਇਸ ਦੇ ਨਾਲ-ਨਾਲ ਸਰਹੱਦ ਤੇ ਝਗੜੇ ਵਾਲੀਆਂ ਥਾਵਾਂ ਤੇ ਤੱਟਵਰਤੀ ਖੇਤਰਾਂ 'ਚ ਸਾਲ ਭਰ ਫੌਜਾਂ ਦੀ ਤਾਇਨਾਤੀ ਰੱਖਣ ਦੀ ਲੋੜ ਹੈ। ਨਵੀਂ ਦਿੱਲੀ ਦੇ ਦੇਸ਼ ਦੇ ਨਿਰਮਾਣ ਵਿੱਚ ਭਾਰਤੀ ਹਥਿਆਰਬੰਦ ਫੌਜਾਂ ਦੇ ਯੋਗਦਾਨ ਵਿਸ਼ੇ ਤੇ ਇੱਕ ਸਮਾਗਮ ਦੌਰਾਨ ਬੋਲਦਿਆਂ ਉਹਨਾਂ ਮੌਜੂਦਾ ਭਾਰਤ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਆਗੂਆਂ ਨੂੰ ਵੀ ਯਾਦ ਕੀਤਾ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪਿਛਲੇ ਮਹੀਨੇ ਦੀ 13 ਤਰੀਕ ਨੂੰ ਬੁਖਾਰ ਕਾਰਨ ਹੋਈ ਕਮਜ਼ੋਰੀ ਦੇ ਚੱਲਦਿਆਂ ਉਹਨਾਂ ਨੂੰ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। 99 ਵਰਿਆਂ ਦੇ ਕਾਂਗਰਸੀ ਆਗੂ ਦਾ ਇਲਾਜ ਡਾਕਟਰ ਨितीश ਨਾਇਕ ਦੀ ਅਗਵਾਈ ਵਾਲੇ ਦਿਲ ਦੇ ਮਹਾਰਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ ਡਾਕਟਰਾਂ ਵੱਲੋਂ ਫਿਲਹਾਲ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਦਿੱਲੀ ਹਵਾਈ ਅੱਡੇ ਦੇ T1 ਟਰਮੀਨਲ ਤੋਂ 18 ਮਹੀਨੇ ਬਾਅਦ ਹਵਾਈ ਸੇਵਾਵਾਂ ਅੱਜ ਤੋਂ ਮੁੜ ਸ਼ੁਰੂ ਹੋ ਗਈਆਂ ਨੇ T2 ਅਤੇ T3 ਤੋਂ ਪਹਿਲਾਂ ਹੀ ਹਵਾਈ ਸੇਵਾਵਾਂ ਹੋ ਚੁੱਕੀਆਂ ਨੇ T2 ਟਰਮੀਨਲ ਤੋਂ ਸੰਚਾਲਨ ਮੂਡ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ ਹਵਾਈ ਐਡਾ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਹੋ ਗਿਆ ਹੈ T1 ਟਰਮੀਨਲ ਤੋਂ ਆਖਰੀ ਉਡਾਣ 25 ਮਾਰਚ 2020 ਨੂੰ ਭਰੀ ਗਈ ਸੀ ਭਾਰਤੀ ਰੇਲਵੇ ਦਿੱਲੀ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੂੰ 3-1 ਦੇ ਫਰਕ ਨਾਲ ਹਰਾ ਕੇ 38ਵਾਂ ਸੁਰਜੀਤ ਥਾਕੀ ਟੂਰਨਾਮੈਂਟ ਜਿੱਤ ਲਿਆ ਹੈ ਜਲੰਧਰ ਕੈਂਟ ਦੇ ਕਟੋਜ ਹਾਕੀ ਸਟੇਡੀਅਮ ਵਿੱਚ ਸੰਪੰਨ ਹੋਏ ਇਸ ਮੁਕਾਬਲੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਫਾਈਨਲ ਮੁਕਾਬਲੇ 'ਚ ਹਿੱਸਾਲਿਆ ਅਤੇ ਟੀਮਾਂ ਦਾ ਹੌਸਲਾ ਵਧਾਇਆ। ਜੇਤੂ ਟੀਮਾਂ ਨੂੰ ਸੂਬੇ ਦੇ ਸਿੱਖਿਆ, ਖੇਡ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਪ੍ਰਗਟ ਸਿੰਘ ਨੇ ਸਨਮਾਨਿਤ ਕੀਤਾ। ਭਾਰਤੀ ਰੇਲਵੇ ਦੇ ਪ੍ਰਦੀਪ ਸਿੰਘ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ। ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਸੀਸੀ T20 ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਜਿੱਤ ਲਈ ਮਿਲੇ 111 ਦੋੜਾਂ ਦੇ ਟਿੱਚੇ ਨੂੰ ਨਿਊਜ਼ੀਲੈਂਡ ਨੇ 14 ਓਵਰਾਂ ਤੇ 3 ਗੇਂਦਾਂ ਵਿੱਚ 2 ਵਿਕਟਾਂ ਦੇ ਨੁਕਸਾਨ ਤੇ ਹਾਸਲ ਕਰ ਲਿਆ। ਭਾਰਤ ਦੀ ਮੌਜੂਦਾ ਵਿਸ਼ਵ ਕੱਪ ਮੁਕਾਬਲੇ 'ਚ ਲਗਾਤਾਰ ਦੂਜੀ ਹਾਰੇ। ਹੁਣ ਤੱਕ ਇੰਗਲੈਂਡ 6 ਅੰਕ ਜੋੜ ਕੇ ਗਰੁੱਪ 1 ਵਿੱਚ ਅਤੇ ਪਾਕਿਸਤਾਨ ਇੰਨੇ ਹੀ ਅੰਕ ਜੋੜ ਕੇ ਗਰੁੱਪ 2 ਵਿੱਚ ਪੈਲੇਸਥਾਨ ਤੇ ਚੱਲ ਰਿਹਾ ਹੈ। ਤੇਜ ਦੇ ਨਾਲ ਹੀ ਖਬਰਾਂ ਦਾ ਅਪਡੇਟ ਖਤਮ ਹੋਇਆ ਨਮਸਕਾਰ